ਅੱਜਕੱਲ ਵਿਦੇਸ਼ ਜਾਂਦੇ ਵਿਦਿਆਰਥੀਆਂ ਦਾ ਮੁੱਦਾ ਕਾਫੀ ਮਗਿਆ ਪਿਆ ਪੰਜਾਬ ਵਿੱਚ, ਔਰ ਬਹੁਤ ਸਾਰੇ ਲੋਕ ਆਪਣੇ ਆਪਣੇ ਹਿਸਾਬ ਨਾਲ ਇਸ ਨੂੰ ਇੰਟਰਪ੍ਰੇਟ ਕਰ ਰਹੇ ਨੇ, ਔਰ ਕੁਝ ਲੋਕ ਇਸ ਨੂੰ ਇਕਨੋਮਿਕਸ ਦੀਆਂ ਟਰਮਸ ਵਿੱਚ ਇੰਟਰਪ੍ਰੇਟ ਕਰ ਰਹੇ ਨੇ, ਕੁਝ ਲੋਕ ਇਸ ਨੂੰ ਪੋਲਿਟਿਕਸ ਦੀਆਂ ਟਰਮਸ ਵਿੱਚ ਇੰਟਰਪ੍ਰੇਟ ਕਰ ਰਹੇ ਨੇ, ਕੁਝ ਲੋਕ ਇਸ ਨੂੰ ਸਮਾਜਿਕ ਟਰਮਸ ਦੇ ਰਾਹੀਂ ਇੰਟਰਪ੍ਰੇਟ ਕਰ ਰਹੇ ਨੇ। ਔਰ ਮੈਂ ਕੱਲ੍ਹ ਦੀ ਗੱਲ ਹੈ, ਇੱਕ ਮੈਂ ਪੋਸਟ ਪੜ੍ਹੀ ਸੀ ਜਿਹਦੇ ਵਿੱਚ ਕਿਸੇ ਨੇ ਲਿਖਿਆ ਸੀ ਕਿ ਦੇਸ਼ ਦੀ ਆਰਥਿਕਤਾ ਐਕਸਪੋਰਟ ਦੇ ਉੱਤੇ ਡਿਪੈਂਡੈਂਟ ਹੈ। ਖਾਸ ਕਰਕੇ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਡੀਆ ਦੀ ਆਰਥਿਕਤਾ ਸਿਰਫ ਐਕਸਪੋਰਟ ਦੇ ਰਾਹੀਂ ਨਹੀਂ ਕੈਲਕੂਲੇਟ ਕੀਤੀ ਜਾਂਦੀ। ਇੰਡੀਆ ਦੀ ਆਰਥਿਕਤਾ ਜਾਂ ਇਸ ਦੀ ਆਰਥਿਕ ਹਾਲਤ GDP ਦੇ ਰਾਹੀਂ ਕੈਲਕੂਲੇਟ ਕੀਤੀ ਜਾਂਦੀ। ਹੁਣ GDP ਕੀ ਚੀਜ਼ ਆ? ਅਸੀਂ ਖਬਰਾਂ ਵਿੱਚ ਆਮ ਸੁਣਦੇ ਹਾਂ ਕਿ ਇਸ ਦੇਸ਼ ਦਾ GDP ਇਸ ਦੇਸ਼ ਨਾਲੋਂ ਜ਼ਿਆਦਾ ਆ। ਸੋ ਮੈਂ ਸੋਚਿਆ ਕਿ ਇੱਕ ਆਪਾਂ ਛੋਟੀ ਜਿਹੀ ਵੀਡੀਓ ਬਣਾ ਲਈਏ GDP ਕੀ ਹੁੰਦਾ। GDP ਦੀ ਫੁੱਲ ਫਾਰਮ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਮਤਲਬ ਇੱਕ ਦੇਸ਼ ਨੇ ਟੋਟਲ ਕਿੰਨਾ ਪ੍ਰੋਡਿਊਸ ਕੀਤਾ ਕਿਸੇ ਇੱਕ ਗਿਵਨ ਸਾਲ ਦੇ ਅੰਦਰ। ਇਸ ਦੇ ਵਿੱਚ ਪੰਜ ਐਲੀਮੈਂਟਸ ਹੁੰਦੇ ਨੇ ਇਹਨੂੰ ਕੈਲਕੂਲੇਟ ਕਰਨ ਵਾਸਤੇ: ਕੰਸੰਪਸ਼ਨ, ਇਨਵੈਸਟਮੈਂਟ, ਗਵਰਨਮੈਂਟ ਸਪੈਂਡਿੰਗ, ਐਕਸਪੋਰਟ ਅਤੇ ਇੰਪੋਰਟ। ਕੰਸੰਪਸ਼ਨ ਨੂੰ ਐਡ ਕਰ ਲਓ, ਦੇਸ਼ ਦੇ ਵਿੱਚ ਟੋਟਲ ਕਿੰਨੀ ਕੰਸੰਪਸ਼ਨ ਹੋਈ, ਕਿੰਨੀ ਖਪਤ ਹੋਈ, ਕਿੰਨੀ ਇਨਵੈਸਟਮੈਂਟ ਹੋਈ ਅਤੇ ਕਿੰਨੀ ਗਵਰਨਮੈਂਟ ਸਪੈਂਡਿੰਗ ਹੋਈ ਅਤੇ ਕਿੰਨਾ ਦੇਸ਼ ਨੇ ਐਕਸਪੋਰਟ ਕੀਤਾ, ਇਹਨਾਂ ਸਾਰਿਆਂ ਨੂੰ ਜੋੜ ਲਿਆ ਜਾਂਦਾ। ਉਸ ਵਿੱਚੋਂ ਜਿੰਨਾ ਦੇਸ਼ ਨੇ ਇੰਪੋਰਟ ਕੀਤਾ ਹੋਵੇ ਕਿਸੇ ਹੋਰ ਦੇਸ਼ ਤੋਂ ਉਸਨੂੰ ਘਟਾ ਦਿੱਤਾ ਜਾਂਦਾ, ਤਾਂ ਉਹ ਸਾਡੇ ਕੋਲ GDP ਦੇਸ਼ ਦਾ ਆ ਜਾਂਦਾ। ਸੋ ਫੋਰ ਐਗਜ਼ਾਮਪਲ, ਇੱਕ ਦੇਸ਼ ਨੇ 100 ਰੁਪਏ ਦੀ ਕੰਸੰਪਸ਼ਨ ਕੀਤੀ ਦੇਸ਼ ਦੇ ਲੋਕਾਂ ਨੇ, ਔਰ ਗਵਰਨਮੈਂਟ ਨੇ 200 ਰੁਪਈਆ ਇਨਵੈਸਟ ਕੀਤਾ ਔਰ ਜਾਂ 200 ਰੁਪਈਆ ਸਪੈਂਡ ਕੀਤਾ। ਦੇਸ਼ ਵਿੱਚ 500 ਰੁਪਏ ਦੀ ਇਨਵੈਸਟਮੈਂਟ ਸੀਗੀ, ਦੇਸ਼ ਨੇ 200 ਰੁਪਏ 200 ਰੁਪਏ ਦੇ ਪ੍ਰੋਡਕਟ ਐਕਸਪੋਰਟ ਕੀਤੇ ਅਤੇ 100 ਰੁਪਏ ਦੇ ਪ੍ਰੋਡਕਟਸ ਇੰਪੋਰਟ ਕੀਤੇ। ਸੋ ਜੇ ਤੁਸੀਂ ਇੱਥੇ ਕੰਸੰਪਸ਼ਨ, ਇਨਵੈਸਟਮੈਂਟ ਅਤੇ ਗਵਰਨਮੈਂਟ ਸਪੈਂਡਿੰਗ ਐਕਸਪੋਰਟ ਨੂੰ ਜੋੜ ਦਿਉ ਅਤੇ ਉਸ ਵਿੱਚੋਂ ਇੰਪੋਰਟ ਨੂੰ ਘਟਾ ਦਿਉ, ਤੁਹਾਡੇ ਕੋਲ ਦੇਸ਼ ਦੀ GDP ਆ ਜਾਏਗੀ। ਕੈਲਕੂਲੇਟ ਕਰਕੇ ਤੁਸੀਂ ਕਮੈਂਟਸ ਵਿੱਚ ਪਾ ਸਕਦੇ ਹੋ। ਹੁਣ GDP ਦੇ ਇੱਕ ਇੱਕ GDP ਹੋਰ ਯੂਜ਼ ਕੀਤਾ ਜਾਂਦਾ, GDP ਪਰ ਕੈਪੀਟਾ। ਉਹ ਦੇਸ਼ ਦੇ ਟੋਟਲ GDP ਨੂੰ ਡਿਵਾਈਡ ਕਰ ਦਿੱਤਾ ਜਾਂਦਾ ਦੇਸ਼ ਦੀ ਪਾਪੂਲੇਸ਼ਨ ਦੇ ਨਾਲ। ਔਰ ਇੰਡੀਆ ਵਰਗੇ ਦੇਸ਼ ਜਾਂ ਹੋਰ ਦੇਸ਼, ਅਮੈਰੀਕਾ ਜਾਂ ਕੈਨੇਡਾ, ਹੋਰ ਇਹ GDP ਪਰ ਕੈਪੀਟਾ ਦੇ ਨਾਲ ਦੇਖਦੇ ਨੇ ਕਿ ਦੇਸ਼ ਦੇ ਵਿੱਚ ਆਮ ਨਾਗਰਿਕ ਕਿੰਨੇ ਕੁ ਵਧੀਆ ਤਰੀਕੇ ਨਾਲ ਰਹਿ ਰਿਹਾ। ਸੋ ਕੀ ਕੀਤਾ ਜਾਂਦਾ ਕਿ GDP ਦੀ ਰਕਮ ਲੈ ਕੇ ਉਸਨੂੰ ਆਬਾਦੀ ਦੇ ਨਾਲ ਤਕਸੀਮ ਕਰ ਦਿੱਤਾ ਜਾਂਦਾ ਅਤੇ ਬੇਸਿਕਲੀ ਦੇਖਿਆ ਜਾਂਦਾ ਕਿ ਹਰੇਕ ਵਿਅਕਤੀ ਦੇ, ਹਰੇਕ ਇਨਸਾਨ ਦੇ ਹਿੱਸੇ ਕਿੰਨਾ GDP ਆਉਂਦਾ, ਉਸਨੂੰ GDP ਪਰ ਕੈਪੀਟਾ ਕਹਿ ਦਿੱਤਾ ਜਾਂਦਾ। ਜਿਸ ਦੇਸ਼ ਦਾ GDP ਪਰ ਕੈਪੀਟਾ ਜ਼ਿਆਦਾ ਹੋਵੇ ਉਸ ਦੇਸ਼ ਨੂੰ ਦੂਸਰੇ ਦੇਸ਼ ਦੇ ਮੁਕਾਬਲੇ ਬਿਹਤਰ ਮੰਨਿਆ ਜਾਂਦਾ ਇਕਨੋਮਿਕਸ ਦੀਆਂ ਟਰਮਸ ਦੇ ਅਨੁਸਾਰ। ਇਹ ਕੈਲਕੂਲੇਸ਼ਨ ਜੌਨ ਮੈਨਰਡ ਕੇਨਸ ਨੇ ਸ਼ੁਰੂ ਕੀਤੀ ਸੀ। ਪਰ ਜੇਕਰ ਇਸ ਦੇ GDP ਪਰ ਕੈਪੀਟਾ ਇੱਕ ਪਰਫੈਕਟ ਮਾਡਲ ਨਹੀਂ ਆ ਦੇਸ਼ ਦੇ ਨਾਗਰਿਕਾਂ ਦੀ ਹਾਲਤ ਸਮਝਣ ਲਈ, ਕਿਉਂਕਿ ਇੱਕ ਤਾਂ ਪਹਿਲੀ ਗੱਲ ਇਹ ਕਿ ਜਿਵੇਂ ਇੰਡੀਆ ਨੇ ਹੁਣ ਕੀਤਾ ਸੀ, ਆਪਣੇ ਰਿਕਾਰਡਸ ਨੂੰ ਮੈਨੁਅਲੀ ਚੇਂਜ ਕਰਤਾ, ਅਸਲੀਅਤ ਨਹੀਂ ਪਰ ਗਲਤ ਚੀਜ਼ ਬਿਆਨ ਕਰਕੇ ਨੰਬਰਸ ਨੂੰ ਤੁਸੀਂ ਵਧਾ ਘਟਾ ਸਕਦੇ ਹੋ। ਸੋ ਤੁਸੀਂ ਅਸਲੀਅਤ ਨੂੰ ਲੁਕਾ ਕੇ ਕੁਝ ਹੋਰ ਬਿਆਨ ਕਰ ਸਕਦੇ ਹੋ। ਹੁਣ ਇੰਡੀਆ ਦੀ ਇਨਵੈਸਟਮੈਂਟ ਵੀ ਘਟੀ ਸੀ, ਐਕਸਪੋਰਟ ਵੀ ਘਟਿਆ ਸੀ, ਪਰ ਫਿਰ ਵੀ
ਆਪਣੇ ਨੰਬਰਸ ਨੂੰ ਇਸ ਤਰੀਕੇ ਨਾਲ ਰਿਪ੍ਰੈਜ਼ੈਂਟ ਕਰ ਦਿੱਤਾ ਕਿ ਨੰਬਰਾਂ ਦੇ ਰਾਹੀਂ ਇੰਡੀਆ ਦੇ GDP 'ਚ 7% ਗਰੋਥ ਹੋ ਗਈ, ਜਿਸ ਗਰੋਥ ਨੂੰ ਬਹੁਤ ਸਾਰੇ ਇਕੋਨੋਮਿਸਟ ਜਿਹੜੇ ਨੇ ਉਹ ਝੂਠੀ ਗਰੋਥ ਜਾਂ ਗਲਤ ਗਰੋਥ ਦੱਸ ਰਹੇ ਨੇ ਕਿ ਇਹ ਕਾਗਜ਼ਾਂ ਪੱਤਰਾਂ 'ਚ ਗਰੋਥ ਆ, ਵੈਸੇ ਹੀ ਨਹੀਂ। ਦੂਸਰੀ ਗੱਲ, GDP ਪਰ ਕੈਪੀਟਾ ਦੇਸ਼ ਦੀ ਵੈਲ ਬੀਇੰਗ ਜਾਂ ਦੇਸ਼ ਦੇ ਲੋਕਾਂ ਦੀ ਖੁਸ਼ੀ ਜਾਂ ਦੇਸ਼ ਦੇ ਲੋਕਾਂ ਦੀ ਹਾਲਤ ਚੰਗੀ ਤਰ੍ਹਾਂ ਕਿਉਂ ਨਹੀਂ ਦੱਸਦਾ? ਕਿਉਂਕਿ ਇਸ ਵਿੱਚ ਹੋਰ ਚੀਜ਼ਾਂ ਨੂੰ ਨਹੀਂ ਫੈਕਟਰ ਇਨ ਕੀਤਾ ਜਾਂਦਾ। ਫੋਰ ਐਗਜ਼ਾਮਪਲ, ਪ੍ਰਦੂਸ਼ਣ, ਸਰਕਾਰੀ ਸੇਵਾਵਾਂ, ਕਰਪਸ਼ਨ, ਸਿਹਤ, ਸਿੱਖਿਆ, ਇਹੋ ਜਿਹੀਆਂ ਕੁਆਂਟੀਟੇਟਿਵ ਚੀਜ਼ਾਂ, ਲੋਕਾਂ ਦੀ ਖੁਸ਼ੀ, ਲੋਕ ਕਿੰਨੇ ਕੁ ਹੈਪੀ ਨੇ ਉਸ ਦੇਸ਼ ਵਿੱਚ ਰਹਿ ਕੇ, ਉਸਨੂੰ ਕੈਲਕੂਲੇਟ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਿਰਫ ਨੰਬਰਾਂ ਦੀ ਗੇਮ ਹੈ। ਸੋ ਇੱਕ ਦੇਸ਼ ਫੋਰ ਐਗਜ਼ਾਮਪਲ, ਉੱਥੇ ਇੰਨਾ ਪ੍ਰਦੂਸ਼ਣ ਹੋ ਸਕਦਾ ਕਿ ਜੇ ਤੁਸੀਂ ਸਾਹ ਲਵੋ ਅਤੇ ਤੁਸੀਂ ਖੁੱਲ੍ਹੀ ਹਵਾ ਵਿੱਚ ਸਾਹ ਲਵੋ ਤਾਂ ਤੁਹਾਡੀ ਉਮਰ ਘੱਟ ਜੂਗੀ, ਜਿਵੇਂ ਚਾਈਨਾ ਆ ਜਾਂ ਜਿਵੇਂ ਇੰਡੀਆ ਆ, ਉੱਥੇ ਕੋਲੇ ਦਾ ਕਰਕੇ ਪ੍ਰਦੂਸ਼ਣ ਇੰਨਾ ਜ਼ਿਆਦਾ। ਪਰ ਸਿਰਫ ਉਹਦੀ ਜੇ ਤੁਸੀਂ ਸਿਰਫ GDP ਕੰਪੇਅਰ ਕਰੋਗੇ ਕਿਸੇ ਹੋਰ ਛੋਟੇ ਦੇਸ਼ ਨਾਲ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਭਾਵੇਂ ਕਿ GDP ਪਰ ਕੈਪੀਟਾ ਜ਼ਿਆਦਾ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੋਂ ਦੇ ਲੋਕ ਖੁਸ਼ ਹਨ, ਕਿਉਂਕਿ ਪ੍ਰਦੂਸ਼ਣ ਦੇ ਨਾਲ ਜੋ ਸਮੱਸਿਆ ਆ ਰਹੀ ਜਾਂ ਦਫ਼ਤਰਾਂ ਦੇ ਵਿੱਚ ਜੋ ਸਮੱਸਿਆ ਆ ਰਹੀ, ਸਮਾਜਿਕ ਤੌਰ 'ਤੇ ਜੋ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਫੈਕਟਰ ਇਨ ਨਹੀਂ ਕੀਤਾ ਗਿਆ ਹੁੰਦਾ। ਇਸ ਕਰਕੇ GDP ਪਰ ਕੈਪੀਟਾ ਸਿਰਫ ਅਤੇ ਸਿਰਫ ਇਕਲੌਤਾ ਮੈਥਡ ਨਹੀਂ ਆ ਦੇਸ਼ ਦੀ ਇਨਕਮ ਦੱਸਣ ਲਈ ਜਾਂ ਦੇਸ਼ ਦੇ ਨਾਗਰਿਕਾਂ ਦੀ ਹਾਲਤ ਦੱਸਣ ਵਾਸਤੇ। ਕੁਝ ਹੋਰ ਅਲਟਰਨੇਟਿਵ ਵੀ ਯੂਜ਼ ਕਰ ਰਹੇ ਨੇ, ਜਿਵੇਂ ਭੂਟਾਨ ਗਰੋਸ ਨੈਸ਼ਨਲ ਹੈਪੀਨੈਸ ਯੂਜ਼ ਕਰਦਾ, ਜਿਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਲਈਆਂ ਜਾਂਦੀਆਂ, ਜਿਹਦੇ ਵਿੱਚ ਵਾਤਾਵਰਣ ਲਿਆ ਜਾਂਦਾ, ਲੋਕਾਂ ਦੀ ਖੁਸ਼ੀ ਲਈ ਜਾਂਦੀ, ਔਰ ਉਹ GDP ਨਹੀਂ, ਉਹ GNH ਯੂਜ਼ ਕਰਦੇ ਨੇ, ਗਰੋਸ ਨੈਸ਼ਨਲ ਹੈਪੀਨੈਸ। ਸੋ ਰਿਵਿਊ ਕਰਨ ਲਈ, GDP ਫੁੱਲ ਫਾਰਮ ਹੈ ਜੀ ਗਰੋਸ ਡੋਮੈਸਟਿਕ ਪ੍ਰੋਡਕਟ। ਇਸ ਵਿੱਚ 5 ਚੀਜ਼ਾਂ ਨੇ, ਕੰਸੰਪਸ਼ਨ, ਇਨਵੈਸਟਮੈਂਟ, ਗਵਰਨਮੈਂਟ ਸਪੈਂਡਿੰਗ, ਐਕਸਪੋਰਟ, ਅਤੇ ਉਸ 'ਚੋਂ ਮਾਈਨਸ ਕਰ ਦਿੱਤਾ ਜਾਂਦਾ ਇੰਪੋਰਟ। ਇਹਨਾਂ 5 ਚੀਜ਼ਾਂ ਦੇ ਸੁਮੇਲ ਨੂੰ ਆਪਾਂ GDP ਕਹਿ ਦਿੰਦੇ, ਗਰੋਸ ਡੋਮੈਸਟਿਕ ਪ੍ਰੋਡਕਟ। ਜੇ ਇਸ ਨੂੰ ਆਬਾਦੀ ਦੇ ਨਾਲ ਤਕਸੀਮ ਕਰ ਦਿੱਤਾ ਜਾਵੇ ਤਾਂ ਇਸਨੂੰ GDP ਪਰ ਕੈਪੀਟਾ ਕਹਿ ਦਿੱਤਾ ਜਾਂਦਾ, ਗਰੋਸ ਡੋਮੈਸਟਿਕ ਪ੍ਰੋਡਕਟ ਪਰ ਕੈਪੀਟਾ।